ਪੰਜਾਬ ਦੇ ਰਾਜ ਸਭਾ ਮੈਂਬਰ ਰਾਘਵ ਚੱਡਾ ਨੇ ਬੀਤੀ ਰਾਤ ਦਿੱਲੀ ਦੇ ਕਪੂਰਥਲਾ ਹਾਊਸ ਦੇ ਵਿੱਚ ਸਿੱਖੀ ਰੀਤੀ ਰਿਵਾਜ਼ਾਂ ਦੇ ਮੁਤਾਬਕ ਅਦਾਕਾਰਾ ਪਰਨੀਤੀ ਚੋਪੜਾ ਦੇ ਨਾਲ ਮੰਗਣੀ ਕਰਵਾ ਲਈ ਹੈ। ਮੰਗਣੀ ਦੇ ਵਿੱਚ ਅਦਾਕਾਰਾ ਨੇ ਅਵਾਇਕੀ ਰੰਗ ਦਾ ਹੈਵੀ ਸੂਟ ਪਾਇਆ ਹੋਇਆ ਸੀ ਤਾਂ ਉੱਥੇ ਰਾਘਵ ਚੱਡਾ ਵਾਈਟ ਕਲਰ ਦੇ ਕੁੜਤੇ ਪਜਾਮੇ ਦੇ ਨਾਲ ਪਰਨੀਤੀ ਦੇ ਨਾਲ ਮੈਚਿੰਗ ਕਰਦੇ ਹੋਏ ਨਜ਼ਰ ਆ ਰਹੇ ਸਨ। ਮੰਗਣੀ ਤੋਂ ਬਾਅਦ ਦੋਹਾਂ ਨੇ ਆਪਣੀ ਕੁਝ ਖੂਬਸੂਰਤ ਤਸਵੀਰਾਂ ਵੀ ਸ਼ੇਅਰ ਕੀਤੀਆਂ ਨੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਆਪਣੀ ਪਤਨੀ ਸਣੇ ਕਈ ਹੋਰ ਮਸ਼ਹੂਰ ਹਸਤੀਆਂ ਨੇ ਪਰਨੀਤੀ ਚੋਪੜਾ ਤੇ ਰਾਘਵ ਚੱਡਾ ਦੀ ਮੰਗਣੀ ਵਿੱਚ ਵਿਸ਼ੇਸ਼ ਸ਼ਿਰਕਤ ਕੀਤੀ। ਇਹਨਾਂ ਹੀ ਨਹੀਂ, ਜਥੇਦਾਰ ਅਕਾਲ ਤਖ਼ਤ ਨੇ ਵੀ ਰਾਘਵ ਤੇ ਪਰਨੀਤੀ ਦੀ ਮੰਗਣੀ ਦੇ ਵਿੱਚ ਵਿਸ਼ੇਸ਼ ਸ਼ਿਰਕਤ ਕੀਤੀ ਤੇ ਬਾਲੀਵੁੱਡ ਫੇਮਸ ਸਿੰਗਰ ਮਿੱਕਾ ਨੇ ਤਾਂ ਇੰਗੇਜਮੈਂਟ ਸੈਰੇਮਨੀ ਦੇ ਵਿੱਚ ਇੱਕ ਸਪੈਸ਼ਲ ਪਰਫਾਰਮੈਂਸ ਕਰਕੇ ਚਾਰ ਚੰਨ ਹੀ ਲਗਾ ਦਿੱਤੇ। ਇਹਨਾਂ ਹੀ ਨਹੀਂ, ਆਪਣੀ ਭੈਣ ਪਰਨੀਤੀ ਚੋਪੜਾ ਦੀ ਮੰਗਣੀ 'ਚ ਸ਼ਾਮਲ ਹੋਣ ਦੇ ਲਈ ਪ੍ਰਿਯੰਕਾ ਚੋਪੜਾ ਵੀ ਆਪਣੇ ਖਾਸ ਅੰਦਾਜ਼ ਦੇ ਵਿੱਚ ਪਹੁੰਚੀ, ਜਿੱਥੇ ਪ੍ਰਿਯੰਕਾ ਨੇ ਕਪੂਰਥਲਾ ਹਾਊਸ ਦੇ ਬਾਹਰ ਪੈਪਰੋਜ਼ੀ ਦੇ ਲਈ ਪੋਜ਼ ਵੀ ਦਿੱਤੇ। ਤੇ ਕੁੱਲ ਮਿਲਾ ਕੇ ਰਾਘਵ ਚੱਡਾ ਤੇ ਪਰਨੀਤੀ ਚੋਪੜਾ ਦੀ ਜੋੜੀ ਨੂੰ ਫੈਨਸ ਵੱਲੋਂ ਵਧਾਈਆਂ ਮਿਲਣ ਦਾ ਤਾਂ ਤਾਲ ਲੱਗਿਆ ਹੋਇਆ ਹੈ। ਬਿਊਰੋ ਰਿਪੋਰਟ, ਚੜ੍ਹਦੀ ਕਲਾ, ਟਾਈਮ ਟੀਵੀ।